ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਦਾਸ ਗੁਰਮੀਤ ਸਿੰਘ। ਸੰਗਤ ਜੀ, ਗੁਰੂ ਰਾਮਦਾਸ ਜੀ ਦੀ ਨਗਰੀ ਹੈ ਜੀ, ਅੰਮ੍ਰਿਤਸਰ ਸਾਹਿਬ ਵਿਖੇ ਆਏ ਹਾਂ। ਇਲਾਕਾ ਹੈਗਾ ਅਨਗੜ੍ਹ। ਇਹ ਪਰਿਵਾਰ ਹੈ ਜੀ, 4 ਮੈਂਬਰ ਨੇ। ਇਹ ਜਿਹੜੀ ਬੱਚੀ ਦੀ ਆਪਾਂ ਤੁਹਾਨੂੰ ਦਿਖਾਈ ਹੈ, ਇਹ ਦੀਵਾਲੀ ਤੋਂ ਕੁਝ ਦਿਨ ਪਹਿਲਾਂ, ਇਹ ਜਿਹੜਾ ਅਨਗੜ੍ਹ ਇਲਾਕਾ ਨੇ, ਆਤਿਸ਼ਬਾਜ਼ੀ ਬਣਾਉਣ ਦੇ ਵਿੱਚ ਗਿਣਿਆ ਜਾਂਦਾ ਹੈ ਜੀ। ਬੱਚੀ ਸਕੂਲ ਤੋਂ ਛੁੱਟੀ ਸੀਗੀ ਅਤੇ ਕਿਸੇ ਨੇ ਕੰਮ ਦਿੱਤਾ ਵੀ ਘਰ ਆਤਿਸ਼ਬਾਜ਼ੀ ਤਿਆਰ ਕਰਦੇ ਹਾਂ, ਪਰ ਉਹ ਬਲਾਸਟ ਹੋ ਗਈ ਅਤੇ ਇਹਨਾਂ ਦੇ ਘਰ ਨੂੰ ਅੱਗ ਲੱਗ ਗਈ ਸੀਗੀ ਜੀ। ਬੱਚੀ ਦੇ ਮਾਤਾ ਜੀ ਉਸ ਵੇਲੇ ਘਰ ਨਹੀਂ ਸੀ ਹੈਗੇ ਅਤੇ ਬੁਰੀ ਤਰ੍ਹਾਂ ਝੁਲਸ ਗਈ ਸੀਗੀ। ਦਿਖਾਇਓ ਇਹਦੇ ਹੱਥ ਕਿਸ ਤਰ੍ਹਾਂ ਸੀਗੇ, ਧਿਆਨ ਨਾਲ ਧਿਆਨ। ਓਹੋ, ਥੋੜ੍ਹੇ ਆਪ ਕਰਿਓ ਉਰੇ ਮਾੜਾ ਜਿਹਾ। ਸੰਗਤ ਜੀ, ਵੀ ਬੱਚੇ ਰੋਣਾ ਨਹੀਂ, ਰੋਣਾ ਨਹੀਂ, ਬੱਚੇ ਰੋਣਾ ਨਹੀਂ। ਸੰਗਤ ਜੀ, ਬਹੁਤ ਹੀ ਦੁਖਦਾਈ ਖਬਰ ਹੈ ਜੀ। ਵਾਹਿਗੁਰੂ, ਚੁੱਪ ਚੁੱਪ, ਰੋਣਾ ਨਹੀਂ ਬੱਚੇ। ਕਾਫੀ ਦੁੱਖਾਂ ਭਰੀ ਦਾਸਤਾਨ ਆ ਜੀ, ਸਾਡਾ ਵੀ ਮਨ ਪਸੀਚ ਗਿਆ। ਅੱਜ ਸਵੇਰ ਤੋਂ ਹੀ ਸੇਵਾਵਾਂ ਸੀਗੀਆਂ। 21 ਜਨਵਰੀ ਹੈ ਜੀ, ਦਿਨ ਐਤਵਾਰ ਆ। ਇੱਕ ਬੇਨਤੀ ਕਰਦੇ ਹਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਜਿਹੜੀ ਬਾਬਾ ਦੀਪ ਸਿੰਘ ਜੀ ਦੇ ਨਾਂ 'ਤੇ ਹੈ, 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਔਰ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀਆਂ ਦੇਸ਼ ਵਿਦੇਸ਼ ਦੇ ਵਿੱਚ ਬੇਅੰਤ ਸੰਗਤਾਂ ਨੇ ਹੱਥ ਬੰਨ੍ਹ ਕੇ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯਤਨ ਕਰਿਓ। ਇਸ ਬੱਚੀ ਦੀ ਬਾਂਹ ਫੜਿਓ, ਇਸ ਪਰਿਵਾਰ ਦੀ ਬਾਂਹ ਫੜਿਓ। ਇਹ ਬੱਚੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਕਿੰਨਾ ਚਿਰ ਪਹਿਲਾਂ? ਤਕਰੀਬਨ ਹੋ ਗਿਆ 10 ਸਾਲ ਹੋ ਚੱਲੇ ਨੇ ਉਹਨਾਂ ਦੀ ਡੈਥ ਹੋਈ ਨੂੰ। ਤੇ ਤੁਸੀਂ ਕੀ ਕੰਮ ਕਰਦੇ ਹੋ? ਤੇ ਬੱਚੀ ਦੇ ਮਾਤਾ ਜੀ ਜਿਹੜੇ ਨੇ ਸਬਜ਼ੀ ਲਾਉਂਦੇ ਨੇ ਜੀ, ਗੇਟ ਕੀਮਾ, ਅਤੇ ਕਿਸੇ ਵੇਲੇ ਬੱਚੀ ਜ਼ਿਆਦਾ ਤੜਫਦੀ ਅਤੇ ਫਿਰ ਇਹ ਛੁੱਟੀ ਕਰ ਲੈਂਦੇ ਨੇ। ਪੈਰ ਵੀ ਇਹਦੇ ਹੈਗੇ ਜੀ, ਦਿਖਾਇਓ ਕਿਸ ਤਰ੍ਹਾਂ। ਧਿਆਨ ਧਿਆਨ, ਇਹਨਾਂ ਜ਼ਿਆਦਾ ਬਰਨ ਹੋਣ ਕਰਕੇ ਅਤੇ ਉਂਗਲਾਂ ਵੀ ਇਕੱਠੀਆਂ ਹੋ ਗਈਆਂ ਅਤੇ ਬੱਚੀ ਦੇ ਹੱਥ ਵੀ ਸਾਰੇ ਤੁਸੀਂ ਵੇਖ ਹੀ ਸਕਦੇ ਹੋ ਸੰਗਤ ਜੀ। ਜੇ ਤਾਂ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਤੋਂ ਇਹਦੇ ਓਪਰੇਟ ਹੁੰਦੇ ਨੇ ਤਾਂ ਤਕਰੀਬਨ ਕੋਈ 2.5-3 ਲੱਖ ਰੁਪਏ ਦਾ ਖਰਚਾ ਹੈ। ਅਗਰ ਇਹ ਪਰਿਵਾਰ ਨੂੰ PGI ਹੋਸਪਿਟਲ ਚੰਡੀਗੜ੍ਹ ਭੇਜ ਦਿੰਦੇ ਹਾਂ ਤਾਂ ਫਿਰ ਖਰਚਾ ਘੱਟ ਸਕਦਾ ਹੈ। ਆ ਬਾਹਰ ਥੋੜ੍ਹਾ ਜਿਹਾ ਰੌਲਾ ਪੈ ਰਿਹਾ, ਉਹ ਵੀ ਆਵਾਜ਼ ਵਿੱਚ ਆ ਰਹੀ ਹੈ ਸੰਗਤ ਜੀ, ਕਿਉਂਕਿ ਗਲੀ ਦੇ ਬਿਲਕੁਲ ਨਾਲ ਘਰ ਆ। ਇਹ ਇੱਕ ਹੀ ਕਮਰਾ ਹੈ ਜੀ ਪਰਿਵਾਰ ਕੋਲ, ਜਿਹੜੀ ਕਿ ਆਹ ਹਾਲਤ ਆ ਜੀ। ਅਤੇ ਕੁਛ ਆਹ ਇਹਨਾਂ ਦੇ ਨਾਲ ਹੀ ਜਗ੍ਹਾ ਵਾ, ਇੰਨਾ ਕੋ ਦੁਆਰ ਜੇ ਜੀ, ਵੀ ਆਹ ਵੇਖ ਲਓ ਜੀ। ਅਤੇ ਇੱਥੇ ਆਪਣਾ ਇਹ ਚੌਂਕਾ ਚੁੱਲ੍ਹਾ ਕਰਦੇ ਨੇ, ਇਹ ਰਸੋਈ ਜੇ, ਅਤੇ ਰਸੋਈ ਦੇ ਨਾਲ ਹੀ ਆਪਾਂ ਘੁੰਮਦੇ ਅਤੇ ਆਹ ਇੱਥੇ ਇਹਨਾਂ ਦਾ ਨਹਾਉਣ ਦਾ ਪ੍ਰਬੰਧ ਹੈ, ਜਿਹੜੀ ਫਲੈਸ਼ ਹੈ। ਅਤੇ ਉੱਪਰ ਇਹਨਾਂ ਨੇ ਇੱਕ ਫਲੈਕਸ ਬੋਰਡ ਦੇ ਕੇ ਅਤੇ ਇਹਨੂੰ ਕੱਜਿਆ ਹੋਇਆ ਕਿ ਮੀਂਹ ਕਣੀ ਤੋਂ ਵੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਬਹੁਤ ਸੇਵਾਵਾਂ ਚੱਲ ਰਹੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ NRI ਸੰਗਤਾਂ ਦੇ ਸਹਿਯੋਗ ਦੇ ਨਾਲ। ਮੇਰੀ ਹੱਥ ਬੰਨ੍ਹ ਕੇ ਸਾਰੀ ਸੰਗਤ ਨੂੰ ਬੇਨਤੀ ਹੈ, ਆਓ ਆਪਣੇ ਦਸਵੰਧ ਦੀ ਦਿਸ਼ਾ ਨੂੰ ਬਦਲੀਏ, ਐਸੇ ਲੋੜਵੰਦ ਪਰਿਵਾਰਾਂ ਦੀ ਦਸ਼ਾ ਨੂੰ ਬਦਲੀਏ। ਇਹ ਘਰ ਦੇ ਮੁਖੀ ਨੇ, ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਹੈ। ਇਹ 2 ਭੈਣਾਂ ਅਤੇ 2 ਭਰਾ ਨੇ, 2 ਭਰਾ ਉਹ ਨੁੱਕਰ 'ਚ ਬੈਠੇ ਹੋਏ ਨੇ, ਇੱਕ ਦੇ ਕੇਸ ਕੱਟੇ ਹੋਏ ਨੇ, ਇੱਕ ਜਿਹੜਾ ਦਸਤਾਰ ਵਾਲਾ ਵੀਰ ਹੈ, ਇਹ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਖੇ ਪੜ੍ਹਨੇ ਪਾਇਆ ਜੀ, ਕਿ ਚਲੋ ਪੜ੍ਹਾਈ ਦਾ ਖਰਚ ਬਚ ਸਕੇ।
ਇਹ ਜਿਹੜੀ ਬੇਟੀ ਸੀ ਇਹ ਪਲੱਸ 1 ਦੀ ਸਟੂਡੈਂਟ ਆ, ਪਰ 4 ਮਹੀਨਿਆਂ ਤੋਂ ਇਸ ਤਰ੍ਹਾਂ ਹੀ, ਪਹਿਲਾਂ ਗੁਰੂ ਨਾਨਕ ਹੌਸਪੀਟਲ ਅੰਮ੍ਰਿਤਸਰ ਤੋਂ, ਪਰ ਹੁਣ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਅਤੇ ਗੁਰੂ ਨਾਨਕ ਹੌਸਪੀਟਲ ਅੰਮ੍ਰਿਤਸਰ ਵਾਲੇ ਵੀ ਹੱਥ ਨਹੀਂ ਪਾ ਰਹੇ ਕਿਉਂਕਿ ਖਰਚਾ ਵੀ ਜ਼ਿਆਦਾ ਅਤੇ ਉਹਨਾਂ ਕੋਲ ਇੰਨੀ ਟੈਕਨੀਕ ਨਹੀਂ। ਸੰਗਤ ਜੀ ਆਓ ਰਲ ਮਿਲ ਕਰਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਪਾਂ ਇਸ ਬੱਚੀ ਦਾ ਇਲਾਜ ਕਰਵਾ ਦੇਈਏ। ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਗਰੀਬ ਦਾ ਮੋਹ ਗੁਰੂ ਕੀ ਗੋਲਕ ਅਨੁਸਾਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ, ਹੋ ਸਕਦਾ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਅਤੇ ਇਸ ਪਰਿਵਾਰ ਦਾ, ਇਸ ਬੱਚੀ ਦਾ ਇਲਾਜ ਹੋ ਜਾਵੇ। ਯਤਨ ਕਰਾਂਗੇ, ਜਿੱਥੋਂ ਤੱਕ ਸਾਨੂੰ ਵੀ ਨਾਲ ਜਾਣਾ ਪਿਆ PGI ਹੌਸਪੀਟਲ ਚੰਡੀਗੜ੍ਹ ਤੱਕ, ਤਾਂ ਅਸੀਂ ਵੀ ਜ਼ਰੂਰ ਪਹੁੰਚ ਕਰਾਂਗੇ ਜਿਤਨਾ ਜਲਦੀ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਤਰ੍ਹਾਂ ਦੇ ਵੀ ਸਹਿਯੋਗ ਲਈ ਦਾਸ ਦੇ ਨਾਲ 97-813-74-131 'ਤੇ ਸੰਪਰਕ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।